ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਚੰਡੀਗੜ੍ਹ ਤੋਂ ਪੇਪਰ ਦੇ ਕੇ ਵਾਪਸ ਪਰਤੇ ਫਿਰੋਜ਼ਪੁਰ ਦੇ ਬਲਾਈਂਡ ਨੌਜਵਾਨ ਨਾਲ ਆਟੋ ਚਾਲਕ ਅਤੇ ਉਸਦੇ ਸਾਥੀ ਨੇ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਅੱਖਾਂ ਤੋਂ ਨਾ ਦਿਖਣ ਦੇ ਬਾਵਜੂਦ ਵੀ ਲੁਟੇਰਿਆਂ ਨਾਲ ਕਰੀਬ ਅੱਧਾ ਘੰਟਾ ਇਹ ਨੌਜਵਾਨ ਲੜਦਾ ਰਿਹਾ। ਲਾਲਚ ਵਿੱਚ ਆਏ ਆਟੋ ਚਾਲਕ ਅਤੇ ਉਸਦੇ ਸਾਥੀ ਨੇ ਦਿਵਿਆਂਗ ਕੋਲੋਂ ਮੋਬਾਈਲ, ਫੋਨ ਬੈਗ ਅਤੇ ਪੈਸਿਆਂ ਦੀ ਲੁੱਟਪਾਟ ਕੀਤੀ। ਲੁੱਟ ਕਰਕੇ ਆਰੋਪੀ ਫਰਾਰ ਹੋ ਗਿਆ ਤੇ ਪੁਲਿਸ ਨੇ ਟੈਕਨੀਕਲ ਅਤੇ ਖੁਫੀਆ ਸੋਰਸਾਂ ਦੀ ਵਰਤੋਂ ਕਰ ਮਾਮਲੇ ਨੂੰ ਹੱਲ ਕੀਤਾ ਤੇ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿੱਥੇ ਹੋਈ ਸੀ? ਜੀ ਮੈਮ, ਜ਼ਿਲ੍ਹਾ ਫਿਰੋਜ਼ਪੁਰ ਮੈਂ ਡਿਪਟੀ ਐਸਪੀ ਸਿਟੀ ਤੇ ਐਸਐਚਓ ਕੈਂਟ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ। ਪਿਛਲੇ ਹਫਤੇ ਸਾਡੀ ਨੋਟਿਸ ਦੇ ਵਿੱਚ ਆਇਆ ਸੀਗਾ ਕਿ ਸਾਡੇ ਜ਼ਿਲ੍ਹੇ ਮੇ ਜਿਹੜੇ ਅੰਤ ਵਿਦਿਆਲੇ ਮੇ ਵਿਜੂਲੀ ਇੰਪੇਅਰਡ ਕੁਝ ਬੱਚੇ ਰਹਿੰਦੇ ਹੈ, ਉਨਮੇ ਸੇ ਇੱਕ ਬੱਚਾ ਇੱਕ ਐਗਜ਼ਾਮ ਦੇ ਕੇ ਬੱਸ ਦੇ ਰਾਹੀ ਫਿਰੋਜ਼ਪੁਰ ਆਇਆ। ਉਹਦੇ ਬਾਅਦ ਉਸਨੇ ਉੱਥੇ ਇੱਕ ਆਟੋ ਫੜੀ। ਆਟੋ ਚਾਲਕ ਦੇ ਮਨ 'ਚ ਬੇਈਮਾਨੀ ਆ ਗਈ। ਉਹਨੇ ਇਹ ਵੇਖਿਆ ਕਿ ਇਹ ਬੰਦਾ, ਇਸਦੇ ਕੋਲ ਪੈਸੇ ਵੀ ਹੈਗੇ ਤੇ ਇਸਦੇ ਕੋਲ ਇਹਨਾਂ ਦੇ ਬਾਕੀ ਵੀ ਬੈਗ ਵਗੈਰਾ ਹੈਗੇ, ਅੱਛਾ ਫੋਨ ਹੈਗਾ। ਉਹ ਇਹਨਾਂ ਨੂੰ ਇੱਕ ਸੁਨਸਾਨ ਜਗ੍ਹਾ ਦੇ ਵਿੱਚ ਲੈ ਗਿਆ। ਉੱਥੇ ਉਸਨੇ ਆਪਣੇ ਦੋ ਸਾਥੀ ਬੁਲਾਏ ਔਰ ਇਹਨਾਂ ਦੇ ਨਾਲ ਲੂਟ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਜੋ ਸਾਡਾ ਵਿਕਟਮ ਹੈ ਉਸਨੇ ਪੂਰੀ ਸਾਹਸ ਤੇ ਉਹਦਾ ਕਹਿਣਾ ਹੈ ਕਿ ਉਹ 10-15 ਮਿੰਟ ਤੱਕ ਇਹਨਾਂ ਦੇ ਨਾਲ ਲੜਾਈ ਲੜਦਾ ਰਿਹਾ, ਪਰ ਫਿਰ ਵੀ ਉਹ ਜ਼ਿਆਦਾ ਸੰਖਿਆ ਦੇ ਵਿੱਚ ਸੀਗੀ। ਉਹਨਾਂ ਨੇ ਇਹਨੂੰ ਓਵਰਪਾਰ ਕੀਤਾ ਤੇ ਇਹਦੇ ਡਾਕੂਮੈਂਟਸ, ਇਸਕੀ ਜ਼ਿੰਦਗੀ ਭਰ ਦੀ ਜਿਹੜੀ ਵੀ ਪੜ੍ਹਾਈ ਦੇ ਡਾਕੂਮੈਂਟ ਸੀਗੇ ਉਸਦੇ ਨਾਲ ਨਾਲ ਜੋ ਇਸਕਾ ਮੋਬਾਈਲ ਫੋਨ ਸੀਗਾ ਤੇ ਇਸਦੇ ਜੋ ਬਾਕੀ ਵੀ ਪੈਸੇ ਸੀਗੇ ਉਹਨਾਂ ਨੇ ਉਹਨੂੰ ਚੋਰੀ ਕਰ ਲਿਆ। ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਦੇ ਵਿੱਚ ਕੰਪਲੇਂਟ ਦਿੱਤੀ। ਸਾਡੀ CIA ਦੀ ਟੀਮ ਤੇ ਇਨਫੈਕਟ ਡਿਪਟੀ SP ਸਿਟੀ ਐਂਡ SHO ਕੈਂਟ ਗੁਰਜਨ ਜੀ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਨਾਂ ਨੇ ਉਸ ਕੇਸ ਨੂੰ ਡਿਟੈਕਟ ਕੀਤਾ। ਆਟੋ ਚਾਲਕ ਦੇ ਨਾਲ ਨਾਲ ਉਹਦੇ ਜਿਹੜੇ ਦੋ ਔਰ ਅਪਰਾਧੀ ਸੀਗੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਉਹਨਾਂ ਦੀ ਸਹਾਇਤਾ ਕੀਤੀ ਸੀਗੀ, ਉਹਨ ਤਿੰਨੋਂ ਨੂੰ ਫੜ ਲਿੱਤਾ ਹੈ। ਇਨ ਤਿੰਨੋਂ ਦੇ ਨਾਮ ਹੈਗੇ ਪ੍ਰਭੂ ਜਿਹੜਾ ਆਟੋ ਚਾਲਕ ਸੀਗਾ ਤੇ ਉਹਦੇ ਨਾਲ ਨੂਰ ਤੇ ਯੂਸੁਫ। ਇਨ ਤਿੰਨੋਂ ਨੇ ਇਹ ਪੂਰਾ ਕੰਮ ਕਰਕੇ ਇਹਨਾਂ ਦੇ ਬੱਚੇ ਨੂੰ ਠਗਾ ਤੇ ਉਹਦੇ ਨਾਲ ਪੂਰੀ ਚੋਰੀ ਕੀਤੀ ਸੀ। ਕਰਦੇ ਸੀਗੇ ਔਰ ਇਹ ਕਿੱਥੋਂ ਦੇ ਸੀਗੇ? ਨਹੀਂ ਜੀ, ਇਹਨਾਂ ਦਾ ਤਿੰਨੋਂ ਦਾ ਕੋਈ ਵੀ ਪਿਛਲਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ। ਹਾਲਾਂਕਿ ਜੋ ਸਾਨੂੰ ਪਤਾ ਚੱਲਾ ਹੈ ਮੁੱਢਲੀ ਤਫਤੀਸ਼ ਮੇ, ਇਹਨਾਂ ਦੇ ਮਨ 'ਚ ਉਸ ਬੱਚੇ ਨੂੰ ਦੇਖ ਕੇ ਕਿ ਉਹ ਦੇਖ ਨਹੀਂ ਸਕਦਾ ਹੈ, ਲਾਲਚ ਆ ਗਈ ਤੇ ਉਸਦੇ ਡਾਕੂਮੈਂਟਸ, ਉਸਦੇ ਮੋਬਾਈਲ ਫੋਨ ਤੇ ਉਸਕੇ ਅਤੇ ਉਸਕੇ ਪੈਸੇ ਦੀ ਪੂਰੀ ਇਹਨਾਂ ਨੇ ਚੋਰੀ ਕੀਤੀ। ਡਾਕੂਮੈਂਟ ਦੇਣ ਵਾਲੇ ਕੋ ਕੀ ਪੁਲਿਸ ਨੇ ਸਨਮਾਨਿਤ ਕੀਤਾ ਹੈ? ਹਾਂਜੀ, ਇਸਮੇ ਇੱਕ ਅੱਛੀ ਬਾਤ ਇਹ ਵੀ ਹੈਗੀ ਕਿ ਦੇਖੋ, ਇਨਸਾਨੀਅਤ ਦਾ ਝੰਡਾ ਬੁਲੰਦ ਰੱਖਦੇ ਹੋਏ ਸਾਡੇ ਜ਼ਿਲ੍ਹੇ ਮੇ ਸਾਹਿਬ ਸਿੰਘ ਜੀ ਤੇ ਨਿਸ਼ਾਨ ਸਿੰਘ ਜੀ, ਇਹ ਦੋਨੋਂ ਐਗਰੀਕਲਚਰ ਦੇ ਨਾਲ ਤੇ ਐਗਰੀਕਲਚਰਲ ਇਕਵਿਪਮੈਂਟ ਕੀ ਇਹਨਾਂ ਦੀ ਇਕਵਿਪਮੈਂਟ ਦੀ ਫੈਕਟਰੀ ਵੀ ਹੈਗੀ ਉਹਦੇ ਨਾਲ ਸੰਬੰਧ ਰੱਖਦੇ ਹੈ। ਇਹਨਾਂ ਨੂੰ ਆਪਣੇ ਖੇਤ ਦੇ ਵਿੱਚ ਉਹ ਬੈਗ ਮਿਲਿਆ। ਇਹਨਾਂ ਨੇ ਬੈਗ ਦੇ ਵਿੱਚ ਦੇਖਿਆ ਕਿ ਇੱਕ ਵਿਜੂਲੀ ਇੰਪੇਅਰਡ ਦੀ ਜਿਹੜੀ ਸਟਿਕ ਹੁੰਦੀ ਹੈ ਉਹ ਹੈਗੀ। ਇਹਨਾਂ ਨੇ ਪੁਲਿਸ ਨੂੰ ਵੀ ਕੰਟੈਕਟ ਕੀਤਾ ਤੇ ਹਾਲਾਂਕਿ ਉਸੀ ਵਿਚਾਲੇ ਇਹਨਾਂ ਨੂੰ ਇੱਕ ਫੋਨ ਨੰਬਰ ਮਿਲਾ, ਉਹਨਾਂ ਨੇ ਉਸ ਨੰਬਰ ਤੇ ਕਾਲ ਕੀਤਾ ਐਂਡ ਗੁੱਡ ਫੇਥ ਇਹ ਸੀਗਾ ਕਿ SSP ਆਫਿਸ ਦੇ ਵਿੱਚ ਹੀ ਉਹ ਕੰਪਲੇਨੈਂਟ ਵੀ ਮੌਜੂਦ ਸੀਗੇ ਕੰਪਲੇਂਟ ਦੇ ਲਈ ਤੇ ਉਹਦੇ ਨਾਲ ਉਸੀ ਟਾਈਮ ਤੇ 16 ਤਾਰੀਖ ਨੂੰ ਇਹ ਆਏ ਤੇ ਉਹਨਾਂ ਨੇ ਉਹਦੇ ਪੂਰੇ ਡਾਕੂਮੈਂਟ ਲੁਟਾਏ। ਇਸਮੇ ਅੱਛੀ ਬਾਤ ਇਹ ਹੈ ਕਿ ਜੋ ਸਾਡੇ ਵਿਕਟਮ ਦੀ ਤਾਕਤ ਹੈ ਜਿਸਸੇ ਉਸਨੇ ਇਨਸਾਰੋ ਦਾ ਮੁਕਾਬਲਾ ਕੀਤਾ ਤੇ ਉਹਦੇ ਨਾਲ ਨਾਲ ਜਿਹੜੇ ਇਹ ਹਮਾਰੇ ਗੁੱਡ ਸਮੈਰਿਟਨਸ ਹੈਗੇ ਸਾਹਿਬ ਸਿੰਘ ਤੇ ਨਿਸ਼ਾਨ ਸਿੰਘ ਜੀ, ਜਿਨ੍ਹਾਂ ਨੇ ਨੇਕ ਰਾਹ ਪੇ ਚਲਦੇ ਹੋਏ ਉਸ ਬੱਚੇ ਦੇ ਬੈਗ ਤੇ ਡਾਕੂਮੈਂਟਸ ਤੇ ਉਸਕੀ ਪੂਰੀ ਜ਼ਿੰਦਗੀ ਦੀ ਕਮਾਈ ਜਿਹੜੀ ਸਰਟੀਫਿਕੇਟਸ ਦੇ ਵਿੱਚ ਸੀਗੀ ਉਹ ਲੁਟਾਈ ਤੇ ਨਾਲ ਨਾਲ ਜਿਹੜੀ ਫਿਰੋਜ਼ਪੁਰ ਜੀ ਹਮਾਰੀ ਜੋ ਪੁਲਿਸ ਟੀਮ ਹੈਗੀ SHO ਕੈਂਟ ਡਿਪਟੀ SP ਸਿਟੀ ਕੀ, ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕਰਕੇ ਟਾਈਮਲੀ ਇਹ ਤਿੰਨੋਂ ਨੂੰ ਫੜ ਲਿਆ ਜੀ। ਚੰਡੀਗੜ੍ਹ ਪੇਪਰ ਦੇਣ ਗਿਆ ਸੀ ਆਪਣੇ ਬੈਂਕ ਦਾ ਤੇ ਉੱਥੋਂ ਮੈਂ ਮਰਸੀਡੀ ਬੱਸ ਫੜੀ ਸੀ ਫਿਰੋਜ਼ਪੁਰ ਘੈਂਟ ਉਤਰਿਆ ਮੈਂ ਤੇ ਉੱਥੋਂ ਮੈਂ ਆਟੋ ਲਿਆ। ਮੈਂ ਕਿਹਾ ਕਿ ਮੈਨੂੰ ਮੱਖੂ ਗੇਟ ਉਤਾਰ ਦਿਓ ਤੇ ਉਹ ਕਹਿੰਦੇ ਮੱਖੂ ਗੇਟ ਉਤਾਰ ਦਾਂਗੇ ਚਲੋ ਚਲੋ ਤੇ ਪਹਿਲਾਂ ਤਾਂ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਐਂ ਕਰੋ ਬੈਗ ਆਪਣਾ ਪਿਛਲੇ ਸੀਟ ਤੇ ਡਿੱਗੀ 'ਚ ਰੱਖ ਦਿਓ। ਮੈਂ ਕਿਹਾ ਨਹੀਂ, ਮੈਂ ਡਿੱਗੀ 'ਚ ਨਹੀਂ ਰੱਖੂੰਗਾ, ਮੈਂ ਇੱਥੇ ਹੀ ਮੇਰਾ ਬੈਗ ਰਹੂਗਾ। ਕਹਿੰਦੇ ਵੀ ਇੱਥੇ ਸਵਾਰੀਆਂ ਬੈਠਣਗੀਆਂ, ਮੈਂ ਕੋਈ ਨਾ ਜਦੋਂ ਸਵਾਰੀਆਂ ਬੈਠਣਗੀਆਂ ਉਹਦੇ ਵੱਲ ਦੇਖਾਂਗੇ ਤੇ ਉਹਨਾਂ ਨੇ ਮਤਲਬ ਆਟੋ ਇੰਨੀ ਤੇਜ਼ ਨਠਾਇਆ ਵੀ ਹੁਣ ਫੋਨ ਗਿਰੇ ਹੁਣ ਫੋਨ ਗਿਰੇ, ਮਤਲਬ ਉਦੋਂ ਤਾਂ ਮੈਨੂੰ ਵੀ ਡਰ ਪੈ ਗਿਆ ਸੀ ਵੀ ਤੇਰੇ ਸੱਟ ਵੱਜੀ ਤੇਰੇ ਸੱਟ ਵੱਜੀ। ਤੇ ਫਿਰ ਉਸ ਤੋਂ ਬਾਅਦ ਕੀ ਹੋਇਆ, ਮੈਨੂੰ ਕਿਤੇ ਲੈ ਗਏ ਤੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮਤਲਬ ਮੈਂ ਬੈਗ, ਮੋਬਾਈਲ ਫੋਨ, ਚਾਰਜਰ, ਜਿੰਨਾ ਵੀ ਮੇਰਾ ਸਾਰਾ ਸਮਾਨ ਸੀ ਤੇ ਮੇਰਾ ਕੈਸ਼ ਸੀਗਾ ਉਹਦੇ ਵਿੱਚ, ਉਹ ਸਾਰਾ ਮੇਰਾ ਮਤਲਬ ਲੈ ਗਏ ਸੀਗੇ ਜੀ। ਫਿਰ ਉਸ ਤੋਂ ਬਾਅਦ ਤੁਸੀਂ ਕੰਪਲੇਂਟ ਮੈਂ ਕੰਪਲੇਂਟ ਕੀਤੀ ਤੇ ਮੇਰੇ ਨਾਲ ਪੁਲਿਸ ਨੇ ਬਹੁਤ ਵਧੀਆ ਸਹਿਯੋਗ ਕੀਤਾ। ਮੈਂ ਮਤਲਬ ਇਹਨਾਂ ਦਾ
एहसान नहीं भुलूंगा जी। अज सवेरे अमृतसर पुलिस का दो नौजवानों नाल मुकाबला होया, जिस दौरान नौजवानों ने पुलिस से गोलियां चला दित्तियां। इस दौरान अमृतसर के पुलिस कमिश्नर गुरप्रीत सिंह भुल्लर ने पत्रकार नाल गलबात करदे दस्सिया कि कल दे सुंदर नगर इलाके विच गोलीबारी हुई सी। सोडा फैक्ट्री दे मालिक नूं गोली मार दित्ती गई, जिसके चलदे थाना मुखी तों पुलिस नूं सूचना मिली कि यह नौजवान अमृतसर दे स्टार पुल कोल खड़े हन, जिस कारण पुलिस ने इलाके दी नाकेबंदी करके इन्हां नौजवानों नूं काबू करने दी कोशिश कीती। ਪਤਾ ਹੀ ਹੈ ਜੀ ਵੀ 18-19 ਦੀ ਰਾਤ ਨੂੰ ਏ ਡਿਵੀਜ਼ਨ ਦੇ ਵਿੱਚ ਇੱਕ ਗਲਤੀ ਨਾਮ ਦਾ ਜਿਹੜਾ ਵਿਅਕਤੀ ਹੈ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਹੋ ਗਈ ਸੀਗੀ, ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੱਖ ਵੱਖ ਇੰਟਰ ਗੈਂਗ ਰਾਈਵਲਰੀ ਟਾਈਪ ਜਿਹੜੀ ਇਹ ਚੀਜ਼ ਉਹ ਮਰਜ ਹੋਈ ਸੀ। ਤੋ ਸਾਡੀ ਜਿਹੜੀ ਮਾਨਯੋਗ CM ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰਸ, ਉਹਦੇ ਤਹਿਤ ਸਾਡੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ। ਸਾਡੇ DCP ਹਰਪ੍ਰੀਤ ਮੰਡੇਰ ਜੀ, DCP ਮਿਸਟਰ ਅਭਿਮਨਿਊ ਰਾਣਾ, ਔਰ ਜਿਹੜੇ ਇੰਸਪੈਕਟਰ CIA ਅਮਨ, ਏ ਡਿਵੀਜ਼ਨ ਦੀ ਟੀਮ ਗੁਰਿੰਦਰਵੀਰ ACP, ਇਹ ਸਾਰੇ ਜਣੇ ਲੱਗੇ ਰਹੇ ਇਸ ਕੰਮ ਦੇ ਉੱਤੇ ਦਿਨ ਰਾਤ। ਔਰ ਅਸੀਂ ਇਹਦੇ 'ਚ ਬੰਦੇ ਜਿਹੜੇ ਆਈਡੈਂਟੀਫਾਈ ਕੀਤੇ ਪਹਿਲਾਂ, ਔਰ ਉਸ ਤੋਂ ਬਾਅਦ ਉਹਨਾਂ ਦੀ ਟ੍ਰੇਲ 'ਤੇ ਜਦੋਂ ਜਾ ਰਹੇ ਸੀ ਤਾਂ ਉਹਨਾਂ ਦਾ ਐਕਸਚੇਂਜ ਆਫ ਫਾਇਰ ਹੋਇਆ, ਜਿੱਥੇ ਪੁਲਿਸ ਨਾਲ ਇਨਕਾਊਂਟਰ ਹੋਇਆ ਅੱਜ ਸਵੇਰੇ ਸੁਲਤਾਨਵਿੰਡ ਦੇ ਏਰੀਏ 'ਚ। ਉਹਦੇ 'ਚ ਇੱਕ ਬੰਦੇ ਦੇ ਜ਼ਖਮੀ ਹੋਇਆ ਜਿਹੜਾ ਮੁਲਜ਼ਮ ਸੀ, ਦੂਸਰਾ ਗ੍ਰਿਫਤਾਰ ਹੋਇਆ। ਇਹਦੇ ਜਿਹੜੀ ਹੁਣ ਤੱਕ ਦੀ ਤਫਤੀਸ਼ 'ਚ ਆਇਆ ਕਿ ਦੋ ਵਾਂਟਿਡ ਸ਼ੂਟਰ ਸੀ, ਰੇਸ਼ਮ ਸਿੰਘ ਏਲੀਅਸ ਬਾਊ, ਇਹ ਝਬਾਲ ਏਰੀਏ ਦਾ ਰਹਿਣ ਵਾਲਾ, ਰੇਸ਼ਮ ਸਿੰਘ ਏਲੀਅਸ ਬਾਊ। ਦੂਜਾ ਹੈਗਾ ਗੁਰਵਿੰਦਰ ਏਲੀਅਸ ਗੁਰੀ, ਜਿਹਦੇ ਗੋਲੀ ਲੱਗੀ ਹੈ। ਔਰ ਇਹ ਦੋਨੋਂ ਬੰਦਿਆਂ ਨੇ ਜਾ ਕੇ ਦੋ ਹੋਰ ਆਪਣੇ ਸਾਥੀਆਂ ਨਾਲ ਇਹ ਜਿਹੜਾ ਜਿਹੜਾ ਇੰਸੀਡੈਂਟ ਸੀ ਏ ਡਿਵੀਜ਼ਨ ਦੇ ਏਰੀਏ 'ਚ ਰਾਮਬਾਗ ਦੇ, ਉੱਥੇ ਉਹਨੂੰ ਅੰਜਾਮ ਦਿੱਤਾ ਸੀ। ਉਹ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਗਦਾ ਔਰ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਬਹੁਤ ਫਾਸਟ ਅਤੇ ਵਧੀਆ ਤਰੀਕੇ ਨਾਲ ਉਹਨੂੰ ਨਿਭਾਇਆ ਗਿਆ, ਔਰ ਇਹ ਕੇਸ ਟਰੇਸ ਵੀ ਹੋਇਆ ਅਤੇ ਬੰਦੇ ਵੀ ਅਰੈਸਟ ਹੋਏ। ਜਿਹੜੇ ਦੂਸਰੇ ਦੋ ਬੰਦੇ ਹੈ ਉਹ ਵੀ ਜਲਦੀ ਅਰੈਸਟ ਹੋਣ ਕੀਤੇ ਜਾਣਗੇ। ਇਹਦੇ 'ਚ ਜਿਹੜੀ ਰਿਕਵਰੀ ਹੈਗੀ ਆ ਉਹ ਇੱਕ ਗਲੋਕ ਪਿਸਟਲ ਹੈ, ਬੜਾ ਸੋਫਿਸਟੀਕੇਟਿਡ, ਔਰ ਉਹਦੇ ਨਾਲ ਇੱਕ 32 ਬੋਰ ਦਾ ਵੀ ਪਿਸਟਲ ਹੈਗਾ। ਇਹਦੇ ਨਾਲ 13 ਰਾਊਂਡਸ ਨੇ ਔਰ ਇਹਨਾਂ ਦੇ ਉੱਤੇ ਜਿਹੜੀ ਪਿਛਲੀ ਹਿਸਟਰੀ ਹੈ, ਰੇਸ਼ਮ ਸਿੰਘ ਏਲੀਅਸ ਬਾਊ ਜਿਹੜਾ ਮੇਜਰ ਸਿੰਘ ਦਾ ਬੇਟਾ ਝਬਾਲ ਕਲਾਂ ਦਾ, 4 FIR ਦਰਜ ਨੇ, ਆਰਮਜ਼ ਐਕਟ ਡਕੈਤੀ ਇਹ ਤਰਨ ਤਾਰਨ, ਜ਼ੀਰਾ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵਿੱਚ ਨੇ। ਇਸ ਤੋਂ ਇਲਾਵਾ ਗੁਰਵਿੰਦਰ ਜਿਹੜਾ ਗੁਰੀ ਹੈ, ਇਹਦੇ ਖਿਲਾਫ਼ ਵੀ 5 ਡਕੈਤੀ ਦੇ ਮਾਮਲੇ ਨੇ, ਆਰਮਜ਼ ਐਕਟ ਦਾ ਮਾਮਲਾ ਲੁਧਿਆਣੇ ਦੇ ਵਿੱਚ ਅਤੇ ਤਰਨ ਤਾਰਨ ਦੇ ਵਿੱਚ। ਇਹ ਜਿਹੜਾ ਕੰਪਲੇਨੈਂਟ ਇਸ ਕੇਸ 'ਚ ਹੈਗਾ ਉਹ ਜਸਦੀਪ ਏਲੀਅਸ ਸਾਜਨ ਹੈ, ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁੰਦਰ ਨਗਰ ਦੇ ਵਿੱਚ ਉਹ ਵਾਰਦਾਤ ਹੋਈ ਸੀ। ਸੋ ਇੱਕ ਇਹ ਹੈਗੀ ਹੈ। ਅੱਛਾ ਸਰ, ਸਵੇਰੇ ਜਿਹੜੀ ਇੰਸੀਡੈਂਟ ਹੋਇਆ ਉਹਦੇ ਵਿੱਚ ਕਿੰਨੀ ਕੁ ਗੋਲੀਆਂ ਚੱਲੀਆਂ ਨੇ ਤੇ ਕਿਸ ਤਰੀਕੇ ਨਾਲ? ਦੇਖੋ, ਗੱਲ ਇਹ ਹੈ ਜਦੋਂ ਮੁਲਜ਼ਮ ਨੂੰ ਘੇਰਦੇ ਆ, ਤੁਹਾਨੂੰ ਪਤਾ ਕਿ ਜਿਹੜੇ ਵੈਲ ਆਰਮਡ ਕ੍ਰਿਮੀਨਲਸ ਹੁੰਦੇ ਨੇ ਉਹ ਆਪਣੇ ਡਿਫੈਂਸ ਵਾਸਤੇ ਭੱਜਣ ਦੀ ਕੋਸ਼ਿਸ਼ ਕਰਦੇ ਨੇ, ਪਰ ਸਾਡੀ ਟੀਮ ਸਤਰਕ ਸੀ ਔਰ ਸਫੀਸ਼ੀਐਂਟ ਫੋਰਸ ਸੀਗੀ। ਉਹਦੇ 'ਚ ਆਫੀਸਰਸ ਨੇ ਬੜਾ ਅੱਛਾ ਕੰਮ ਕੀਤਾ, ਰਿਟੈਲੀਏਟ ਕੀਤਾ ਔਰ ਉਹਦੇ 'ਚ ਜਿਹੜੇ ਦੋਨੋਂ ਮੁਲਜ਼ਮ ਕਾਬੂ ਕੀਤੇ ਗਏ। ਨਹੀਂ, ਉੱਥੋਂ ਆਪਣਾ ਜਾ ਰਹੇ ਸੀਗੇ ਨਾ ਜੀ, ਜਿਹਦਾ ਦੇਖੋ ਮੁਲਜ਼ਮ ਜਿਹੜਾ ਹੈ ਉਹ ਕੋਈ ਨਾ ਕੋਈ ਆਪਣੇ ਟਿਕਾਣੇ ਬਲਦਾ ਰਹਿੰਦਾ, ਔਰ ਪੁਲਿਸ ਦਾ ਕੰਮ ਹੈ ਉਹਨਾਂ ਨੂੰ ਅਸੀਂ ਟਰੇਸ ਕਰਕੇ ਚੇਜ਼ ਕਰਨਾ। ਉਹ ਪੁਲਿਸ ਫੜ ਨਹੀਂ ਜਾ ਰਹੀ ਸੀ ਉਹਨਾਂ ਨੂੰ, ਔਨ ਇਨਫੋਰਮੇਸ਼ਨ ਬੇਸਡ, ਇੰਟੈਲੀਜੈਂਸ ਬੇਸਡ ਸਾਡਾ ਓਪਰੇਸ਼ਨ ਸੀਗਾ। ਅਸੀਂ ਉਹਨਾਂ ਨੂੰ ਫੜਨ ਵਾਸਤੇ ਹੀ ਪੁਲਿਸ ਪਾਰਟੀ ਉਹਨਾਂ ਦਾ ਪਿੱਛਾ ਕਰ ਰਹੀ ਸੀ। ਯਾਰ ਉਹ ਤੁਹਾਨੂੰ ਸਾਰੀ ਅਸੀਂ ਡਿਟੇਲ ਇਹਦੇ 'ਚ ਪ੍ਰੈਸ 'ਚ ਦੱਸ ਰਹੇ ਹਾਂ। ਮੇਰੇ ਦੋਸਤ ਵਾਰ ਵਾਰ ਮੈਨੂੰ ਪ੍ਰੈਸ ਕਰ ਰਹੇ ਵੀ ਹਿੰਦੀ 'ਚ ਵੀ ਦੇ ਦਿਓ, ਮੈਂ ਇੱਕ ਮਿੰਟ 'ਚ ਕਰ ਦਿੰਦਾ। ਹਾਂਜੀ, ਹਿੰਦੀ 'ਚ ਕਰ ਦਿੰਦੇ। ਉਹ ਡਿਟੇਲ ਸਾਰੀ ਦਿੰਦੇ ਹਾਂ ਜੀ, ਹੁਣ ਟੋਟਲ ਦੇ ਦਿੰਦੇ। ਅੰਮ੍ਰਿਤਸਰ ਪੁਲਿਸ ਨੂੰ ਨਸ਼ੇ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ ਨੂੰ ਇਹ ਥਾਣਾ ਛੇਹਰਟਾ ਦੀ ਪੁਲਿਸ ਨੇ ਉਤਪਤੀ ਸੂਚਨਾ ਦੇ ਆਧਾਰ ਤੇ 3 ਨੌਜਵਾਨਾਂ ਨੂੰ ਨਸ਼ੇ ਸਮੇਤ ਕਾਬੂ ਕੀਤਾ। ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਨੂੰ ਨਸ਼ੇ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਉਹਨਾਂ ਦੱਸਿਆ ਕਿ 2.25 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਹੈ ਉਹ ਬਰਾਮਦ ਕੀਤੀ ਗਈ ਤੇ ਇਹ ਇਹਨਾਂ ਨੌਜਵਾਨਾਂ ਦੇ ਸੰਬੰਧ ਪਾਕਿਸਤਾਨ ਦੇ ਤਸਕਰਾਂ ਦੇ ਨਾਲ ਸਨ ਤੇ ਅਮਰੀਕਾ ਦੇ ਵਿੱਚ ਬੈਠੇ ਜਾਵੇਦ ਨਾਂ ਦੇ ਵਿਅਕਤੀ ਇਹਨਾਂ ਨੂੰ ਚਲਾਉਂਦਾ ਸੀ ਤੇ ਇਹ ਉਸਦੇ ਕਹਿਣ ਤੇ ਸਾਰਾ ਕੰਮ ਕਰਦੇ ਸਨ। ਮੈਂ ਉਹਦੇ 'ਚ ਵੀ ਹੋਰ ਸਾਨੂੰ ਇੱਕ ਬੜੀ ਅੱਛੀ ਕਾਮਯਾਬੀ ਮਿਲੀ ਹੈ, ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ
पिछले दिनों भी अपनी 2.5 किलो की 3.5 किलो की इदा काफ़ी रिकवरीज हुई हैं। सो साड़ी टीम ने बड़ा अच्छा काम किया, DCPs दोनों मंडेर साहब ते अभिमन्यु राणा जी, साडा SHO छियाटा रॉबिन और ये सारे ने रल के 2.25 किलो हीरोइन बरामद की गई है। चाहे रिकवरी 2.25 किलो की है पर बड़ा इंपोर्टेंट एक मड्यूल सिंडिकेट बस्ट होया है। ये जो पता लगे कि जावेद करके बंदा इतों US बेस्ड हैगा, वो रेड कॉर्नर नोटिस वगैरह भी जारी किए हुए हैं, वो उत्थे अमेरिका च बैठा है, सारा कंट्रोल कर रहा ड्रग्स जो कार्टल हैगा। और ये 3 जो मुलजम असी गिरफ्तार किए बड़े एक्टिव ने कुछ दिन, एक है जगरूप जूपा हैगा, ये राणीके पिंड का थाना करिंडा अमृतसर रूरल, और जगजीत लवप्रीत एलियस लवप्रीत है, ये रानगढ़ का PS करिंडा अमृतसर रूरल, जशनप्रीत जशन ये भी रानगढ़ का हैगा PS करिंडा। ये इन्हों की आप बैकग्राउंड देखिए, उम्र भी बड़ी छोटी है, 18-19 साल के है सारे, 12th पास, कोई कारपेंटर का काम कर रहा है, कोई लेबर का काम कर रहा है, उही ईजी मनी वाली गल। और काली नाम का एक समगलर जिन्हें अपना नाम काली रखा हुआ है, पाकिस्तान बेस्ड, वह भी इमर्ज हुआ है। और इन्हों की पूछताछ तो यह गल पता लगी है कि बेसिकली ये रेगुलरली ड्रोन राही इन्हों को कंसाइनमेंट आ रही थी, और कल भी जी कंसाइनमेंट है वो पुलिस ने बड़ा BSF के नाल भी असी हैल्प करके वो जी सारी रिकवरी की, उस एरिए असी सर्च भी किया। तो ये गल इन्हों की पूछगिछ तो पता लगी है कि रेगुलरली ड्रोन राही ये मंगा रहे थे और बड़े एक्टिव से। जगरूप जूपा जोड़ा हैगा ये 1 महीने तो काफ़ी ज़्यादा सरगर्म रहा ड्रोन दे राही हीरोइन स्मगल करने के, सॉर्टीज कितनी हुई हैं वो सारी गलबात असी क्लीयर कर रहे हैं, बट जो पता लग्या कि ऑलमोस्ट एवरेज ये 5-6 महीने तो वही है। तो मैं इनू भी बड़ी अच्छी एक कामयाबी मानता और इनू असी अगे फरदर भी डिवेलप करांगे, और जो जावेद है उन्होंने भी होर परस्यू करांगे, जो रेड कॉर्नर नोटिस है वो एक्सट्रेडिशन, जो काली दे बाकी जो कॉन्टैक्ट्स ने उन्होंने भी काम किया। हाँ जी अमृतसर का पुराना बंदा जी, वो अमेरिका भज्या होया उत्थों बैठ के वो सारा चला रहा सी। हाँ जी वो सारे चैक करवाने हैं, उदे च तां ही रेड कॉर्नर नोटिस किया, मेरे को डिटेल नहीं हैगी, वो तुहाडा ग्रुप से शेयर की जाएगी। हाँ जी नहीं इन्होंने पुराना नहीं है जी, 1 महीने तो ज़्यादा एक्टिव हो जो संपर्क होया तो बार जो इन्होंने कॉन्टैक्ट्स बनाए गए। ਬਰਨਾਲਾ ਜਿਮਨੀ ਚੋਣਾਂ ਦਾ ਅਖਾੜਾ ਲਗਾਤਾਰ ਪੱਕ ਚੁੱਕਾ ਹੈ, ਜਿਸ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਜਿਮਨੀ ਚੋਣ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਜਿੱਥੇ ਕੇਵਲ ਸਿੰਘ ਢਿੱਲੋਂ ਸਮੇਤ ਪੰਜਾਬ ਦੇ ਸੀਨੀਅਰ BJP ਲੀਡਰ ਮਨੋਰੰਜਨ ਕਾਲੀਆ ਅਤੇ ਪਰਮਪਾਲ ਕੌਰ ਵੀ ਇਸ ਵੱਡੇ ਇਕੱਠ ਵਿੱਚ ਦਿਖਾਈ ਦਿੱਤੇ। ਕੇਵਲ ਸਿੰਘ ਢਿੱਲੋਂ ਨੇ ਅੱਜ ਆਪਣੇ ਸਮਰਥਕਾਂ ਤੇ ਪਾਰਟੀ ਵਰਕਰਾਂ ਦੇ ਵੱਡੇ ਇਕੱਠ ਨਾਲ ਆਪਣੀ ਬਰਨਾਲਾ ਰਿਹਾਇਸ਼ ਤੋਂ ਲੈ ਕੇ DC ਦਫ਼ਤਰ ਬਰਨਾਲਾ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਵਿਸ਼ੇਸ਼ ਤੌਰ ਤੇ ਇੱਕ ਵੱਡੇ ਕਾਫਲੇ ਰਾਹੀਂ ਪਹੁੰਚੇ। ਖੁਸ਼ੀ ਦਾ ਦਿਨ ਆ ਜੀ, ਮੈਂ ਸਾਰਾ ਬਰਨਾਲਾ ਨਿਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਿਰ ਝੁਕਾ ਕੇ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਅੱਜ ਪੇਪਰ ਭਰੇ ਗਏ ਆ ਉਹ ਸੱਚੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਔਰ ਮੈਨੂੰ ਆਸ਼ੀਰਵਾਦ ਦੇਣਗੇ 13 ਤਰੀਕ ਨੂੰ ਬਰਨਾਲੇ ਦੇ ਵਿੱਚ ਇਹ ਕਮਲ ਦਾ ਫੁੱਲ ਖਿਲੇਗਾ, ਬਿਕਾਜ਼ ਸਾਡੀ ਲੜਾਈ ਜਿਹੜੀ ਆ ਇਹ ਮੌਜੂਦਾ ਸਰਕਾਰ ਦੇ ਨਾਲ ਆ। ਇਹਨਾਂ ਨੇ ਜਿਹੜਾ ਕਹਿੰਦੇ ਸੀ ਰੰਗਲਾ ਪੰਜਾਬ, ਅੱਜ ਕੰਗਲਾ ਪੰਜਾਬ ਬਣਾਤਾ। ਅੱਜ ਕੋਈ ਵਰਗ ਨਹੀਂ, ਚਾਹੇ ਉਹ ਮਜ਼ਦੂਰ ਆ, ਚਾਹੇ ਉਹ ਵਪਾਰੀ ਆ, ਚਾਹੇ ਉਹ ਕਿਸਾਨ ਆ, ਚਾਹੇ ਉਹ ਨੌਜਵਾਨ ਆ, ਕੋਈ ਵੀ ਵਰਗ ਆ, ਸਾਡੇ ਮਹਿਲਾਵਾਂ ਭੈਣਾਂ ਜਿਨ੍ਹਾਂ ਨੂੰ ਵੀ ਵਾਅਦੇ ਕੀਤੇ, ਕਿਸੇ ਨੂੰ ਕੋਈ ਵਾਅਦਾ ਪੂਰਾ ਨਹੀਂ ਕੀਤਾ। ਅੱਜ ਪੰਜਾਬ ਦੇ ਵਿੱਚ ਲੁੱਟ ਖੋਹ ਇਹਨਾਂ ਦੀ ਮਾਲੀ ਹਾਲਤ, ਜਿਹੜੀ ਪੈਸਾ ਹੈਗਾ ਉਹ ਸਾਰਾ ਦਿੱਲੀ ਭੇਜੀ ਜਾ ਰਹੇ ਆ। ਬੁਰਾ ਹਾਲ ਆ ਪੰਜਾਬ ਦੇ ਵਿੱਚ ਇਸ ਵੇਲੇ, ਲੋਕ ਤਰ੍ਹਾਂ ਤਰ੍ਹਾਂ ਕਰਦੇ ਆ। ਲੋਕਾਂ ਨੇ ਜਿਹੜਾ ਬਦਲਾ ਕਿਹਾ ਸੀ, ਇਹ ਬਰਨਾਲੇ ਦੀ ਉਹੀ ਧਰਤੀ ਆ ਇਹ, ਜੋ ਇਹਨਾਂ ਦੇ ਮੁੱਖ ਮੰਤਰੀ ਕਹਿੰਦੇ ਹੁੰਦੇ ਆ ਅਰਸ਼ 'ਤੇ ਜਾਂ ਫਰਸ਼ 'ਤੇ। ਹੁਣ 13 ਤਰੀਕ ਨੂੰ ਇਹ ਜਿਹੜੀ ਮੌਜੂਦਾ ਸਰਕਾਰ ਆ, ਆਮ ਆਦਮੀ ਪਾਰਟੀ ਆ, ਫਰਸ਼ 'ਤੇ ਹੋਏਗੀ। ਜਿਨ੍ਹਾਂ ਲੋਕਾਂ ਦਾ ਜੋ ਉਤਸ਼ਾਹ ਦਿੱਤਾ, ਜਿਨ੍ਹਾਂ ਲੋਕਾਂ ਨੇ ਪਿਆਰ ਦਿੱਤਾ, ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਔਰ 13 ਤਰੀਕ ਨੂੰ ਬਰਨਾਲੇ ਦੀ ਇਹੀ ਕ੍ਰਾਂਤੀਕਾਰੀ ਧਰਤੀ 'ਤੇ ਕਮਲ ਦਾ ਫੁੱਲ ਖਿਲੇਗਾ, ਔਰ ਇਹੀ ਫੁੱਲ ਜਿਹੜਾ ਮੈਥੋਂ ਲਿਖਾ ਕੇ ਲੈ ਲਓ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ। ਅੱਜ ਇਹ ਵਰਕਰਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰ ਸਾਹਿਬਾਨ ਆਏ ਨੇ ਪਿੰਡਾਂ ਤੋਂ ਉੱਠ ਕੇ, ਸ਼ਹਿਰ ਤੋਂ ਉੱਠ ਕੇ,
बस्तियां तो गरीब मेरे वीर मेरे भरा मेरिया भैन जिन्हें आए आ मैं दिल दिया गहराइया तो उन्हों का धन्यवाद करता जिन्ना धन्यवाद करा उन्ना ही घट आ थोड़ा भी सारे पत्रकार वीर का तुम इन्ना साथ दें हो सारे बरनाले वाले मेरा साथ आ मेरा अपना परिवार आ मैं बरनला हमेशा अपना परिवार समझिया मैं जो भी कदे भी दिता कि मैं इन्ना प्यार दिता असी इतने इन्ना विकास कराया और ढाई साल तो बाद इट नहीं लगी हूँ उही विकास दिया जिहड़ियां लहरां ये दोबारा स्टार्ट हो 13 तरीक तो और ये अभिव्यक्ति होंगी है कि जिहड़ी उस वक्त की सरकार है उसकी कारगुजारी कहो जी है जे चंगी होंगी है तो फिट फुट पाई जाती है जे माड़ी होंगी है तो वो कन्न खिंचे जाते अज 22 दे विच पंजाब की जनता ने 22 सीटा जिता के आम आदमी पार्टी की लैके आई सी और अज 2.5 साल तो वध हो रहे हैं अज लोग त्रस्त हो रहे हैं पूरी तरह त्रस्त है कोई भी वादा पूरा नहीं किया लॉ एंड ऑर्डर चरमरा गया है महिलावान 1000 रुपया उड़ीक दिया नशे का वादा किया कि सत्ता दे आने असी 2 महीनों खत्म कर देंगे तो नशा खत्म तक ही होना सी हूँ गली गली जिहड़ा हैगा वंडिया जा रहा और हालात यह हैगा कि भी रिश्वतखोरी पूरी तरह हैगी है और कोई भी बंदा सेफ नहीं है सो उस नाते अज लोग 13 तरीक न आम आदमी पार्टी के उम्मीदवार हरा के बरनाले चो केवल सिंह ढिल्लों जी को जिता के जड़ा हैगा भारतीय जनता पार्टी का कमल खिलाएंगे और ये जड़ा हैगा इतने आगाज़ होएगा कि भारतीय जनता पार्टी 27 दे विच जड़ा हैगा वो सरकार बनाएगी और अज जी हालात हैगे अज कांग्रेस जी हैगी है वो अज कितें ठहर नहीं रही आम आदमी पार्टी जी है उत्तों त्रस्त है अकाली दल फिजल आउट हो रहा है सो इको एक भारतीय जनता पार्टी है जी बढ़ रही है और आने वाला जो है पंजाब का भविख बन के अज की डेट के अक्तूबर का एंड आ गया हले मंडिया के झोने की खरीदारी शुरू नहीं हुई किसान रुल रहा है व्यापारी रुल रहा है राइस मिलर रुल रहे हैं किते हुए वादे कोई भी पूरे नहीं हुए लॉ एंड ऑर्डर का बुरा हाल है व्यापारियों का लॉ एंड ऑर्डर करके भी बुरा हाल से तो हूँ मेरे ख्याल के जो इन्होंने गुंडागर्दी GST उगराने शुरू की है हर वर्ग इन्हों तो दुखी है सो बदलाव लोग चाहते हैं बदलाव लोग पहला भी चाहते सी वो एक झूठा बदलाव आया सी हुण एक सही बदलाव BJP राही ताकि पंजाब दे विच एक अजिही सरकार आवे जिहो जी दूजे सूबयां दे विच एग्जाम्पल बनी हुई है 3-3 वारी 4-4 वारी लगातार BJP सरकार हरियाणे दे विच UP दे विच गुजरात दे विच 5वीं 6वीं वार बन गई मध्य प्रदेश वालियां ने 4थी वारी चुनिया क्यों वार वार चुन रहे हैं लोग BJP नूं लोग जे उत्थे हर वर्ग खुश होगा तां ही चुन रहे होणगे सो मैं ये कहनी हाँ कि हुण पंजाब नूं भी दूजे सूबयां तों एक सेध लैके उन्हां तों कुछ सीख के आपां नूं भी एक अजिही सरकार बनाउणी चाहीदी है जिहड़ी कि दूजे सूबयां दे विच तरक्की कर रही है अपने सूबे दे विच भी करे भावें यह बाई इलैक्शन है इहदे नाल सरकार नहीं बननी पर आउण वालियां इलैक्शनां दी नींह इन्हां तों ही रखी जाणी है सो इस करके पंजाब दे लोकां नूं BJP दा समर्थन देना चाहीदा ता कि सेंटर ते सूबे दी सरकार दा सही तालमेल आने वाले समय दे विच बने इत्थे भी डबल इंजन की सरकार आवे ते पंजाब दा भी विकास होवे युवक सेवावां विभाग पंजाब वालों यूथ एक्सचेंज प्रोग्राम तहत पारुल यूनिवर्सिटी वडोदरा गुजरात विखे 7 रोजा कैंप लगाया गया जिस विच पूरे पंजाब भर तो वख-वख संस्थावां यूथ क्लबां ते विद्यक अदारियां दे नौजवानां ने भाग लिया इस कैंप विच पंजाब दे सभ्याचार नूं प्रदर्शित करदे होए भागीदारां ने गिद्धा ਭੰਗੜਾ ਮਲਵਈ ਗਿੱਧਾ ਲੋਕ ਨਾਚ ਲੋਕ ਗੀਤ ਆਦਿ ਪੇਸ਼ ਵੀ ਕੀਤੇ ਗਏ ਅਤੇ ਸੰਗੀਤ ਅਤੇ ਗੜਵਾ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਭਾਗੀਦਾਰਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਗੁਜਰਾਤ ਦੇ ਵੱਖ ਵੱਖ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਦਾ ਵੀ ਦੌਰਾ ਕਰਵਾਇਆ ਗਿਆ ਤੇ ਜਿਸ ਨਾਲ ਗੁਜਰਾਤ ਦੇ ਸੱਭਿਆਚਾਰ ਨੂੰ ਜਾਣਨ ਦਾ ਮੌਕਾ ਮਿਲਿਆ ਚੋਰ ਦੀ ਦਾਣਾ ਮੰਡੀ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਬੋਰੀਆਂ ਦੇ ਲੱਗੇ ਅੰਬਾਰ ਲਿਫਟਿੰਗ ਨਾ ਹੋਣ ਕਾਰਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੇ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਬਲਾਚੌਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ इस मौके कांग्रेस पार्टी के जिला प्रधान अजय मंगूपुर ने हलका विधायक बलाचौर ते पंजाब सरकार के खिलाफ रोस प्रदर्शन किया ते इस मौके समूह कांग्रेसी वर्करा ने इस रोस प्रदर्शन विच ओ हाजिर सन क्या गल होगी जी रोस प्रदर्शन तो रखिया सीगा झोने दे लई तुसी पोस्टर रखे हुए ना जी सब तो पहला तो मैं समूह भाईचारे का बहुत बहुत धन्यवाद करदा कि तुसी सारे पत्रकार जद भी असीं बुलांदे जद भी पंजाब की आवाज़ बुलंद करन की गल हुंदी है तुसी सब तो अगे आके साडे नाल खड़दे
ਸਾਡਾ ਕੋਈ ਸ਼ੌਂਕ ਨਹੀਂ ਹੈਗਾ ਕੋਈ ਧਰਨਾ ਦੇਣਾ, ਆ ਕੋਈ ਸਾਡਾ ਮਨ ਨਹੀਂ ਕਰਦਾ ਹੈਗਾ ਕਿ ਅਸੀਂ ਆਪਣੇ ਲੋਕਾਂ ਨੂੰ ਲੈ ਕੇ ਧੁੱਪਾਂ ਵਿੱਚ ਬੈਠੀਏ ਧਰਨੇ ਪ੍ਰਦਰਸ਼ਨ ਕਰੀਏ, ਪਰ ਕੁਛ ਮਜਬੂਰੀਆਂ ਹੋ ਜਾਂਦੀਆਂ। ਬੜੇ ਅਫਸੋਸ ਨਾਲ ਤੁਹਾਨੂੰ ਸਾਰਿਆਂ ਨੂੰ ਦੱਸਣਾ ਪੈ ਰਿਹਾ ਕਿ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਹੈ ਕੀਤਾ ਕਿਉਂ ਜਾ ਰਿਹਾ। ਸਾਡੇ ਜਿਹੜੇ ਸੀ ਐੱਮ ਸਾਹਿਬ ਹੈ ਉਹ ਤਾਂ ਆਪਣੇ ਘਰਾਂ ਵਿੱਚ ਆਪਣੇ ਗੱਦਿਆਂ 'ਤੇ ਬੈਠੇ ਸੁੱਤੇ ਪਏ ਆ, ਜਿਹੜਾ ਦੇਸ਼ ਦਾ ਅੰਨਦਾਤਾ ਉਹ ਮੰਡੀਆਂ ਵਿੱਚ ਰੁਲਦਾ ਪਿਆ, ਉਹ ਰਾਤ ਨੂੰ ਮੰਡੀਆਂ ਵਿੱਚ ਸੌਂਦੇ ਪਏ ਆ। 1 ਤਰੀਕ ਤੋਂ ਕਹਿੰਦੇ ਅਸੀਂ ਆ ਖਰੀਦ ਸਟਾਰਟ ਕਰ ਦਿੱਤੀ, ਅੱਜ 24 ਤਰੀਕ ਹੋ ਗਈ, ਲੋਕਾਂ ਨੂੰ ਹਫ਼ਤਾ ਹਫ਼ਤਾ 10-10 ਦਿਨ ਹੋ ਗਏ, ਹਜੇ ਤੱਕ ਜਿਹੜਾ ਝੋਨਾ ਹੈਗਾ ਉਹਨਾਂ ਦਾ ਖਰੀਦ ਨਹੀਂ ਹੋਇਆ। ਜਿੱਥੇ ਆ ਵਾਅਦੇ ਕਰਦੇ ਸੀ ਆ ਰੰਗਲੇ ਪੰਜਾਬ ਦੀ ਗੱਲ ਕਰਦੇ ਆ, ਆ ਮੀਡੀਆ ਵਿੱਚ ਪੇਡ ਲੋਕਾਂ ਤੋਂ ਜਿਹੜੇ ਐਕਟਰ ਹੈ ਉਹਨਾਂ ਨੂੰ ਅੰਨਦਾਤਾ ਬਣਾ ਕੇ ਉਹਨਾਂ ਦੀਆਂ ਮਸ਼ਹੂਰੀਆਂ ਕਰਾਉਂਦੇ ਆ ਕਿ ਜੀ ਰੰਗਲਾ ਪੰਜਾਬ ਹੈ, ਅਸੀਂ ਲੈ ਕੇ ਆਏ ਝੋਨਾ ਅਤੇ ਸਾਡਾ ਨਾਲੇ ਵਿਕ ਗਿਆ ਅਤੇ ਜਾਣੂ ਅਸੀਂ ਘਰ ਪਹੁੰਚੇ ਜਦ ਤੱਕ ਜਿਹੜੀ ਪੇਮੈਂਟ ਆ ਉਹ ਸਾਡੇ ਅਕਾਊਂਟ ਵਿੱਚ ਪਹੁੰਚ। 1-20 ਬੰਦਾ ਤੁਸੀਂ ਪੂਰੇ ਪੰਜਾਬ ਵਿੱਚ ਦੱਸ ਦਿਓ ਜਿਹੜਾ ਜਿਸ ਦਿਨ ਝੋਨਾ ਲੈ ਕੇ ਆਇਆ ਵੇ ਉਸ ਦਿਨ ਉਹਦੀ ਪਰਚੇਜ਼ ਪੈ ਕੇ ਔਰ ਉਸ ਦਿਨ ਜਿਹੜਾ ਉਹਦਾ ਪੈਸਾ ਉਹਦੇ ਅਕਾਊਂਟ ਵਿੱਚ ਆ ਗਿਆ। ਸਭ ਕੁਛ ਫੇਕ ਕਰਦੇ ਪਏ, ਸਭ ਕੁਛ ਝੂਠ ਕਰਦੇ ਪਏ ਆ, ਔਰ ਬੜੇ ਅਫਸੋਸ ਨਾਲ ਆ ਦੱਸਣਾ ਪੈ ਰਿਹਾ। ਜਿਹੜੀਆਂ ਕਹਾਵਤਾਂ ਬਣੀਆਂ ਉਹ ਵੀ ਕਿਸੇ ਗੱਲ ਨਾਲ ਬਣੀਆਂ ਹੋਈਆਂ। ਕਹਿੰਦੇ ਹੁੰਦੇ ਸੀਗੇ ਕਿ ਰੋਮ ਜਲ ਰਿਹਾ ਅਤੇ ਨੀਰੋ ਬੌਂਸਰੀ ਵਜਾ ਰਿਹਾ, ਆਹੀ ਕਹਾਵਤ ਅੱਜ ਦੇ ਦਿਨ ਪੰਜਾਬ ਵਿੱਚ ਹੋ ਰਹੀ ਆ। ਪੰਜਾਬ ਜਲ ਰਿਹਾ, ਕੰਨ ਅੰਨਦਾਤਾ ਜਿਹੜਾ ਹੈਗਾ ਸਾਡਾ ਦੁਖੀ ਬੈਠਾ, ਅਤੇ ਭਗਵੰਤ ਮਾਨ ਜੀ ਰੰਗਲੇ ਪੰਜਾਬ ਦੀ ਗੱਲ ਕਰਦੇ ਪਏ ਆ। ਕਿੱਥੇ ਆ ਰੰਗਲਾ ਪੰਜਾਬ ਆ, ਸਾਨੂੰ ਵੀ ਤਾਂ ਕਿਤੇ ਦਿਖਾ ਦਿਉ ਹੈ ਕਿੱਥੇ ਆ ਰੰਗਲਾ ਪੰਜਾਬ। ਮਿਸਿੰਗ ਦੇ ਜਿਹੜੇ ਆ ਪੋਸਟਰ ਆ ਇਸ ਕਰਕੇ ਪਾਈ ਗਏ ਆ ਕਿਉਂਕਿ 1 ਤਰੀਕ ਨੂੰ ਜਿਸ ਦਿਨ ਪਰਚੇਜ਼ ਸਟਾਰਟ ਕਰਨੀ ਸੀ, ਹਲਕਾ ਵਿਧਾਇਕ ਹੋ ਗਏ, ਸੀ ਐੱਮ ਸਾਹਿਬ ਹੋ ਗਿਆ, ਜਾ ਕੇ ਰਿਬਨ ਕੱਟ ਕੇ ਆਉਂਦੇ ਅਸੀਂ ਪਰਚੇਜ਼ ਸਟਾਰਟ ਕਰ ਦਿੱਤੀ। ਲੋਕਾਂ ਦੇ ਵਿੱਚ ਤੁਸੀਂ ਮਾਹੌਲ ਤਾਂ ਦੇਖ ਲਓ ਅੱਜ ਦੇ ਦਿਨ ਕੀ ਚੱਲਦਾ ਪਿਆ, ਕਿਸੇ ਵੀ ਇੱਕ ਜਗ੍ਹਾ ਤੁਸੀਂ ਦੱਸ ਦਿਓ ਜਿੱਥੇ ਪਰਚੇਜ਼ ਸਹੀ ਤਰੀਕੇ ਚੱਲਦੀ ਪਈ ਹੈ। ਬਾਰਦਾਨਾ ਮਿਲਦਾ ਨਹੀਂ ਪਿਆ ਹੈਗਾ, ਕਿਸਾਨ ਦੁਖੀ ਹੈਗਾ, ਆੜ੍ਹਤੀਆ ਦੁਖੀ ਹੈ, ਲੇਬਰ ਵਾਲਾ ਦੁਖੀ ਹੈ, ਸੈਲਰ ਮਾਲਕ ਦੁਖੀ ਹੈ, ਕੋਈ ਵੀ ਸੁਖੀ ਨਹੀਂ ਹੈਗਾ। ਕਿਸੇ ਪਾਸੇ ਕੋਈ ਹੱਲ ਨਹੀਂ ਹੁੰਦਾ ਪਿਆ, ਰੋਜ਼ ਇੱਕ ਮੀਟਿੰਗ ਕਰਕੇ 2 ਦਿਨ ਦਾ ਟਾਈਮ ਟਪਾਉਂਦੇ ਪਏ ਹੈ ਕਿ ਅਸੀਂ ਹੱਲ ਕਰ ਦੇਣਾ, ਪਰ ਹੱਲ ਇਹਨਾਂ ਨੇ ਕਰਨਾ ਕਰਦਾ ਹੈ, ਆਹ ਤਾਂ ਕੰਨਾਂ ਤੋਂ ਬੋਲੇ ਹੋਏ ਵੇ ਹੈ, ਆਹ ਹੱਲ ਇਹਨਾਂ ਨੇ ਇੱਦਾਂ ਨਹੀਂ ਕਰਨਾ ਹੈਗਾ। ਮੈਂ ਜਿਹੜੀ ਜ਼ਿੰਮੇਵਾਰੀ ਸੀ ਐੱਮ ਸਾਹਿਬ ਦੀ ਬਣਦੀ ਹੈ, ਹਲਕਾ ਵਿਧਾਇਕਾਂ ਦੀ ਜੀ ਬਣਦੀ ਹੈ, ਇਹਨਾਂ ਦਾ ਕੰਮ ਆ ਨਹੀਂ ਹੈਗਾ ਸਿਰਫ ਰੀਬਨ ਕੱਟਣੇ, ਇਹਨਾਂ ਦਾ ਕੰਮ ਆ ਨਹੀਂ ਹੈਗਾ ਆਪਣੇ ਪੋਸਟਰ ਬਣਾਉਣੇ, ਇਹਨਾਂ ਦਾ ਕੰਮ ਆ ਹੈਗਾ ਕਿ ਜਿੱਥੇ ਹਲਕੇ ਵਿੱਚ ਜਿੱਥੇ ਪੰਜਾਬ ਵਿੱਚ ਕੋਈ ਦੁਖੀ ਹੈਗਾ, ਜਿੱਥੇ ਕਿਸੇ ਦਾ ਮਸਲਾ ਹੱਲ ਨਹੀਂ ਹੁੰਦਾ ਪਿਆ, ਉਹਨਾਂ ਦੀ ਆਵਾਜ਼ ਬੁਲੰਦ ਕਰਨੀ, ਉਹਨਾਂ ਦੇ ਨਾਲ ਖੜਨਾ, ਉਹਨਾਂ ਦੀ ਸਮੱਸਿਆ ਕਿੱਦਾਂ ਹੱਲ ਕਰਨੀ ਉਹਦੇ ਬਾਰੇ ਗੱਲ ਕਰਨੀ। ਔਰ ਬੜਾ ਚੌਰ ਤਾਂ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਵਿੱਚ 117 ਹਲਕਿਆਂ ਵਿੱਚੋਂ 117ਵੇਂ ਨੰਬਰ 'ਤੇ ਪਹੁੰਚ ਗਿਆ। ਬਾਰਦਾਨੇ ਦੀ ਸਭ ਤੋਂ ਜ਼ਿਆਦਾ ਸਮੱਸਿਆ ਜਿਹੜੀ ਅੱਜ ਦੇ ਦਿਨ ਆਉਂਦੀ ਪਈ ਉਹ ਬੜਾ ਚੌਰ ਵਿੱਚ ਆਉਂਦੀ ਪਈ ਹੈ। ਬੜਾ ਚੌਰ ਵਿੱਚ ਕਿਉਂ ਆਉਂਦੀ ਪਈ ਹੈ? ਕਿਉਂਕਿ ਹਲਕਾ ਵਿਧਾਇਕਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਨਿਭਾਉਂਦੇ ਨਹੀਂ ਪਏ ਹੈਗੇ, ਉਹਨਾਂ ਦਾ ਧਿਆਨ ਜਿੱਧਰ ਹੋਣਾ ਚਾਹੀਦਾ ਉੱਧਰ ਨਹੀਂ ਹੈਗਾ। ਇਸ ਕਰਕੇ ਜਿਹੜਾ ਰੋਸ ਪ੍ਰਦਰਸ਼ਨ ਹੈ ਅੱਜ ਅਸੀਂ ਜਿਹੜਾ ਪ੍ਰਦਰਸ਼ਨ ਕਰ ਰਹੇ ਹਾਂ ਹਲਕਾ ਵਿਧਾਇਕਾ ਜੀ ਨੂੰ ਅਤੇ ਸੀ ਐੱਮ ਸਾਹਿਬ ਨੂੰ ਜਗਾਉਣ ਲਈ ਕਰ ਰਹੇ ਹਾਂ ਕਿ ਜਿਹੜੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਹੈਗੀਆਂ, ਜਿਹੜੀਆਂ ਕਸਮਾਂ ਵਾਅਦਾ ਕਰਦੇ ਹੋਏ ਤੁਸੀਂ ਸਰਕਾਰ ਬਣਾਈ ਸੀਗੀ, ਉਹਨਾਂ ਨੂੰ ਪੂਰਾ ਕਰੋ। MSP ਵਾਲੀ ਜਿਹੜੀ ਇਹਨਾਂ ਦੀ ਮੈਡਮ ਸੀਗੀ ਮਿਨਿਸਟਰ, ਉਹ ਤਾਂ ਹੁਣ ਚਲੇਗੀ, ਨਾਲ ਉਹਨਾਂ ਦੇ ਵਾਅਦੇ ਵੀ ਚਲੇ ਗਏ, ਹੋਰ ਵੀ ਜਿਹੜੇ ਲੀਡਰ ਹੈ ਜਿਨ੍ਹਾਂ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਨੇ ਵੀ ਚਲੇ ਜਾਣਾ, ਪਰ ਕਿਸਾਨ ਕਿੱਥੇ ਨੂੰ ਜਾਵੇ? ਮੇਰਾ ਸਿਰਫ ਸਾਰਿਆਂ ਨੂੰ ਇੱਕ ਸਵਾਲ ਹੈ, ਪ੍ਰਸ਼ਾਸਨ ਮੁੱਖ ਦਰਸ਼ਕ ਬਣਿਆ ਹੋਇਆ, ਜਿੱਥੇ ਕਿਤੇ ਕੋਈ ਪ੍ਰਦਰਸ਼ਨ ਹੋ ਜਾਂਦਾ, ਜਿੱਥੇ ਕੋਈ ਕਿਸਾਨ ਜਥੇਬੰਦੀਆਂ ਅੜ ਜਾਂਦੀਆਂ, ਉੱਥੇ ਜਾ ਕੇ ਆ ਬਾਰਦਾਨਾ ਭੇਜ ਦਿੰਦੇ ਆ। ਅਸੀਂ ਜਿਹੜਾ ਪ੍ਰਦਰਸ਼ਨ ਇਸ ਲਈ ਕੀਤਾ ਕਿਉਂਕਿ ਅਸੀਂ ਇਕੱਲੇ ਬੜਾ ਚੌਰ ਦੀ ਗੱਲ ਨਹੀਂ ਕਰਦੇ, ਆਲੇ ਦੁਆਲੇ ਜਿਹੜੀਆਂ ਛੋਟੀਆਂ ਅਨਾਜ ਮੰਡੀਆਂ ਹੈਗੀਆਂ ਉੱਥੇ 15-15 ਦਿਨ ਹੋ ਗਏ, ਹਰ ਪਿੰਡ ਤੋਂ ਹਰ ਇਲਾਕੇ ਤੋਂ ਫੋਨ ਆਉਂਦਾ ਕਿ ਸਾਡੀ ਆਵਾਜ਼ ਬੁਲੰਦ ਕਰੋ। ਇਸ ਕਰਕੇ ਕਾਂਗਰਸ ਪਾਰਟੀ ਪਿਛਲੇ 2.5 ਸਾਲਾਂ ਤੋਂ ਓਪੋਜੀਸ਼ਨ ਦਾ ਫਰਜ਼ ਪਹਿਲਾਂ ਵੀ ਨਿਭਾਉਂਦੀ ਆਈ ਹੈ, ਹੁਣ ਵੀ ਨਿਭਾਉਂਦੀ ਰਹੂੰਗੀ, ਔਰ ਆਵਾਜ਼ ਵੀ ਬੁਲੰਦ ਕਰਾਂਗੇ, ਆਹ ਮਸਲਾ ਹੱਲ ਕਰਕੇ ਦੇਵਾਂਗੇ। ਔਰ ਮੈਂ ਚੇਤਾਵਨੀ ਵੀ ਦੇਣਾ ਚਾਹੁੰਦਾ ਪ੍ਰਸ਼ਾਸਨ ਨੂੰ, ਅਗਰ ਤੁਸੀਂ 1-2 ਦਿਨ ਵਿੱਚ ਇਹਦਾ ਹੱਲ ਨਾ ਕੀਤਾ ਤਾਂ ਜਿਹੜਾ ਪਹਿਲਾ ਪ੍ਰਦਰਸ਼ਨ ਹੈ ਉਹ ਅਸੀਂ ਅਨਾਜ ਮੰਡੀ ਵਿੱਚ ਦਾਣਾ ਮੰਡੀ ਬੜਾ ਚੌਰ ਕੀਤਾ, ਅਗਲਾ ਪ੍ਰਦਰਸ਼ਨ ਅਸੀਂ DC ਦਫ਼ਤਰ ਦੇ ਬਾਹਰ ਕਰਾਂਗੇ। ਅਗਰ ਸਾਡੇ ਲਈ ਇਹਨਾਂ ਨੇ ਕੋਈ ਕੰਮੇ ਨਹੀਂ ਕਰਨਾ, ਮੈਨੂੰ ਐਂ ਤਾਂ ਦੱਸ ਦਿਓ ਕਿ DC ਦਫ਼ਤਰ ਦਾ ਅਸੀਂ ਕਰਨਾ ਕੀ ਆ? ਕਿਸੇ ਕੰਮਾਂ ਲਈ DC ਦਫ਼ਤਰ ਬਣੇ? ਕਿਸ ਕੰਮ ਦੀ ਉਹ ਪੰਜਾਬ ਤੋਂ ਤਨਖਾਹ ਲੈਂਦੇ ਪਏ ਅਗਰ ਉਹਨਾਂ ਨੇ ਕੰਮ ਕੋਈ ਨਹੀਂ ਕਰਨਾ ਪਿਆ? ਅਸੀਂ ਆਪਣੀ ਆਵਾਜ਼ ਬੁਲੰਦ ਕਰਨੀ ਵੀ ਜਾਣਦੇ ਹਾਂ ਔਰ ਆਪਣੇ ਲੋਕਾਂ ਲਈ ਖੜਨਾ ਵੀ ਜਾਣਦੇ ਹਾਂ। ਇਸ ਕਰਕੇ ਅੱਜ ਦੇ ਦਿਨ ਆ ਰੋਸ ਪ੍ਰਦਰਸ਼ਨ ਕੀਤਾ। ਔਰ ਜਿਹੜੀ ਤੁਸੀਂ ਮਿਸਿੰਗ ਦੀ ਗੱਲ ਕਰਦੇ ਵਿਧਾਇਕਾ ਜੀ, ਮੈਨੂੰ ਲੱਗਦਾ ਕਿ ਤੁਹਾਡਾ ਜਵਾਬ ਤੁਹਾਨੂੰ ਤਾਂ ਮਿਲ ਗਿਆ। ਬੀਤੇ ਕੱਲ੍ਹ ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕਾ ਸਤਿਕਾਰ ਕੌਰ ਗੈਰੀ ਨੇ ਕਿਹਾ ਕਿ ਮੈਨੂੰ ਸਾਜਿਸ਼ ਤਹਿਤ ਫਸਾਇਆ ਗਿਆ ਹੈ, ਉਹਨਾਂ ਕੋਲੋਂ ਕੋਈ ਹੈਰੋਇਨ ਬਰਾਮਦ ਨਹੀਂ ਹੋਈ ਤੇ ਜਿਹੜਾ ਨਕਦੀ ਬਰਾਮਦ ਹੋਈ ਉਹ ਮੇਰੇ ਆਪਣੇ ਹਨ। ਪਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਨਸ਼ੇ ਦੀ ਰਿਕਵਰੀ ਹੋਈ ਹੈ। ਬੀਤੇ ਕੱਲ੍ਹ ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕਾ ਸਤਿਕਾਰ ਕੌਰ ਗੈਰੀ ਨੇ ਕਿਹਾ ਕਿ ਮੈਨੂੰ ਸਾਜਿਸ਼ ਤਹਿਤ ਫਸਾਇਆ ਗਿਆ ਅਤੇ ਉਹਨਾਂ ਕੋਲੋਂ ਕੋਈ ਵੀ ਹੈਰਨ ਬਰਾਮਦ ਨਹੀਂ।
ਅਤੇ ਇਹਨੇ ਕੋਲੋਂ ਨਸ਼ੇ ਦੀ ਰਿਕਵਰੀ ਹੋਈ ਹੈ। ਬਾਹਰ ਵਾਲੇ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਹੁਣ ਮਸਲਾ ਆਖਰਕਾਰ ਹੈ ਕਿ ਕੀ ਸੱਚ ਹੈ ਕੀ ਝੂਠ, ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ। ਮੈਡਮ ਕਿਆ ਕਹੇਗੇ ਆਪ? ਮੈਡਮ ਕੀ ਕਹੋਗੇ? ਮੈਡਮ ਸਰਕਾਰ ਨਸ਼ਿਆਂ ਦੇ ਖਿਲਾਫ ਆਈ ਸੀ ਤੁਹਾਡੇ ਉੱਪਰ, ਇੱਕ ਦਿਨ ਦਾ ਰਿਮਾਂਡ ਸਰਕਾਰਪੁਰ ਸਾਹਿਬ ਦਾ ਵਿਧਾਇਕ ਫਿਰੋਜ਼ਪੁਰ ਦੇਹਾਤੀ ਫਾਰਵਰਡ ਤੇ ਬੈਕਵਰਡ ਲਿੰਕ ਸੀ ਕਿਹਦੇ ਕਿਹਦੇ ਨਾਲ ਹੈਗੇ, ਉਹ ਅਸੀਂ ਵੈਰੀਫਾਈ ਕਰਨਾ ਸੀਗਾ। ਨੰਬਰ 2 ਜਿਹੜੀਆਂ ਨੰਬਰ ਪਲੇਟਸ ਦੇ ਕੋਲ ਮਿਲੀਆਂ ਸੀਗੀਆਂ ਉਹ ਪਤਾ ਕਰਨੀਆਂ ਸੀ ਕਿ ਕਿਹੜੇ ਕਿਹੜੇ ਵਹੀਕਲ ਦੀਆਂ ਤੇ ਕਿੱਥੋਂ ਇਹਨਾਂ ਨੇ ਬਣਵਾਈਆਂ ਨੇ। ਸਰ ਵਹੀਕਲਸ ਇਹਦੇ ਹੀ ਆਪਣੇ ਆ, ਕਿੰਨੇ ਵਹੀਕਲਸ ਤੁਸੀਂ ਜਿਹੜੇ ਹੈਗੇ ਬਰਾਮਦ ਕੀਤੇ ਨੇ? ਆਰਟੀਓ ਆਫਿਸ ਤੋਂ ਅਜੇ ਡਿਟੇਲ ਲਵਾਂਗੇ ਵੀ ਕਿਹਦਾ ਕਿਹਦਾ ਵਹੀਕਲ ਹੈ, ਕਿਹਦੇ ਕਿਹਦੇ ਨਾਂ ਤੇ ਹੈ ਤੇ ਉਹ ਨੰਬਰ ਪਲੇਟਾਂ ਇਹਨਾਂ ਕੋਲ ਕਿੱਦਾਂ, ਕਿੰਨੇ ਵਹੀਕਲ ਰਿਕਵਰ ਕੀਤੇ ਹਜੇ ਤੱਕ? ਕਹਿੰਦੇ ਸੀ ਵੀ ਇਹ ਕਹਿੰਦੇ ਸਾਡਾ ਮੇਰਾ ਆਪਣਾ ਗੋਲਡ ਹੈ ਜਿਹੜਾ ਬਰਾਮਦ ਕੀਤਾ ਇਹਨਾਂ ਦਾ, ਜਾਂ ਵੈਰੀਫਾਈ ਕੀਤਾ ਤੁਸੀਂ ਉਹਦੇ ਵਿੱਚ? ਜਾ ਕੇ ਇਹਨਾਂ ਨੂੰ ਅੱਜ ਵੈਰੀਫਾਈ ਕਰਨ ਦਾ ਟਾਈਮ ਹੀ ਨਹੀਂ ਲੱਗਿਆ ਸਾਨੂੰ, ਹੁਣ ਅਸੀਂ ਲੈ ਕੇ ਜਾਵਾਂਗੇ, ਹੁਣ ਤੋਂ ਵੈਰੀਫਾਈ ਕਰਕੇ ਤੁਹਾਨੂੰ ਸਵੇਰ ਤੱਕ ਰਿਪੋਰਟ ਦੇਵਾਂਗੇ ਜੀ। ਅਸੀਂ 7 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀਗਾ, ਸਾਨੂੰ 1 ਦਿਨ ਦਾ ਪੁਲਿਸ ਰਿਮਾਂਡ ਮਿਲਿਆ, ਕੱਲ ਨੂੰ ਅਸੀਂ ਦੁਬਾਰੇ ਪੇਸ਼ ਕਰਨਾ ਜੱਜ ਸਾਹਿਬ ਦੇ ਫੇਰ ਇਹਨਾਂ ਨੂੰ। ਸਾਹਮਣੇ ਕਿ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਇੱਥੇ ਕਰੰਟ ਸਨੀ ਇਨਕਲੇਵ ਚ ਆਉਂਦੀ ਸੀ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਉਹਦੇ ਸਾਹਮਣੇ ਆਈ? ਕੋਈ ਸਨੀ ਇਨਕਲੇਵ ਚ ਰਹਿ ਤਾਂ ਕਾਫੀ ਟਾਈਮ ਤੋਂ ਰਹੀ ਹੈ ਇੱਥੇ, ਪਰ ਲੇਕਿਨ ਪਹਿਲਾਂ ਇਹਦੇ ਸਾਨੂੰ ਇੰਨਾ ਟਾਈਮ ਹੀ ਨਹੀਂ ਲੇਕਿਨ ਮਿਲਿਆ ਹੈਗਾ ਇਹਨਾਂ ਤੋਂ ਕੁਛ ਡੀਪਲੀ ਪੁੱਛਗਿੱਛ ਕਰਨ ਦਾ। ਹੁਣ ਅਸੀਂ ਜਾ ਕੇ ਤੋਂ ਡੀਪਲੀ ਪੁੱਛਗਿੱਛ ਕਰਾਂਗੇ, ਜੋ ਵੀ ਸਾਨੂੰ ਇਨਫੋਰਮੇਸ਼ਨ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਆਪ ਡਾਕਟਰ ਦੇ ਪੁੱਤਰ ਨੇ ਮੈਡੀਕਲ ਦੇ ਵਿੱਚ ਪਹੁੰਚਾਇਆ ਜਾਂ ਆਇਆ ਵੀ ਸੀ ਡਰਗ ਲੈਂਦੇ? ਜਿਹੜਾ ਇੱਕ ਜਸਕੀਰ ਤਾਂ ਹੈਗਾ ਇਹਦਾ ਪੋਜ਼ਿਟਿਵ ਆਇਆ ਡੋਪ ਟੈਸਟ, ਉਹਦਾ ਨੈਗੇਟਿਵ ਆ ਮੈਡਮ। ਜਸਕੀਰ ਤਾਂ ਕਿੰਨੇ ਟਾਈਮ ਤੋਂ ਇਹਨਾਂ ਦੇ ਨਾਲ ਸੀਗਾ? ਜਸਕੀਰ ਜਿਹੜਾ ਜਿਹੜਾ ਭਤੀਜਾ ਹੈ ਕਿੰਨੇ ਟਾਈਮ ਤੇ ਇਹਦੇ ਨਾਲ ਸੀਗਾ? ਜਸਕੀਰ ਤੋਂ ਦੱਸਣ ਮੁਤਾਬਕ ਤਾਂ 15-20 ਦਿਨ ਪਹਿਲਾਂ ਹੀ ਇੱਥੇ ਬੁਲਾਇਆ ਇਹਨਾਂ ਨੇ। ਓਕੇ, ਇਸੇ ਕੰਮ ਵਾਸਤੇ ਜਿਹੜਾ ਹੈਗਾ ਸਪਲਾਈ ਕਰਨਾ, ਸੈਲਰੀ ਵਾਸਤੇ ਲਈ 15,000 ਰੁਪਏ ਸੈਲਰੀ ਦੇਵਾਂਗੇ, ਰਹਿਣ ਵਾਸਤੇ ਕਮਰਾ, ਓਕੇ, ਖਾਣ ਪੀਣ ਦਾ। ਤੇ ਸਰ ਇਹਦੇ ਰਿਸ਼ਤੇਦਾਰ ਹੈ? ਹਾਂ, ਇਹਦੀ ਭਤੀਜਾ ਇਹਨਾਂ ਦਾ। ਕੋਈ ਡਰਗ ਮਨੀ ਤੋਂ ਹੋਰ ਕੋਈ ਪ੍ਰਾਪਰਟੀ ਬਣਾਈ ਹੋਵੇ ਇਹੋ ਜਿਹਾ ਕੋਈ ਸਾਹਮਣੇ ਆਇਆ? ਉਹ ਸਰ ਉਹ ਜਾ ਕੇ ਹੁਣ ਇਹਨਾਂ ਤੋਂ ਅਜੇ ਪਹਿਲਾਂ ਮਿਸਲ ਪੂਰੀ ਕਰਨੀ, ਸਾਡੇ ਕੋਲ ਟਾਈਮ ਹੀ ਨਹੀਂ ਲੱਗਿਆ, ਹੁਣ ਜਾ ਕੇ ਪੁੱਛ ਗਿੱਛ ਕਰਦੇ ਇਹਨਾਂ ਤੋਂ। ਠੀਕ, ਕੱਲ੍ਹ ਇੰਟੀਮੇਟ ਕਰਾਂ। ਠੀਕ, ਬਿਲਕੁਲ। ਅੱਛਾ, ਪੋਲੀਟੀਕਲੀ ਕੌਣ ਪਿਛਾਇਆ ਜਾ ਰਿਹਾ, ਕਿਉਂਕਿ ਜਿਹੜੀ ਰਿਕਵਰੀ ਹੋਈ ਹੈ ਮੈਡਮ, ਜਿਹੜੀ ਰਿਕਵਰੀ ਹੋਈ ਹੈ ਉਹਦੇ 'ਚ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਰਿਕਵਰੀ ਨੂੰ ਲੈ? ਤੇ ਤੁਸੀਂ ਹੁਣ ਕੁਝ ਕਹਿਣਾ ਚਾਹੋਗੇ ਕਿਸ ਕਿਹਨੇ ਪੋਲੀਟੀਕਲੀ ਤੁਸੀਂ ਕਹਿ ਰਹੇ ਹੋ ਜਿਹੜਾ ਘਰ ਤੋਂ ਜਿਹੜੀ ਰਿਕਵਰੀ ਘਰ ਤੋਂ ਜਿਹੜੀ ਰਿਕਵਰੀ ਹੋਈ ਹੈ ਉਸ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਜਿਹੜੀ ਰਿਕਵਰੀ ਹੋਈ ਹੈ, ਹੀਰੋਇਨ ਰਿਕਵਰ ਹੋਈ ਹੈ, ਗੋਲਡ ਰਿਕਵਰ ਹੋਇਆ ਹੈ। ਅੱਛਾ, ਮੇਰਾ ਪੁਰਾਣਾ ਗੋਲਡ ਹੈ। ਪਰਚੀ ਕੋਈ? ਅੱਛਾ, ਮੇਰਾ ਪੁਰਾਣਾ ਗੋਲਡ ਹੈ, ਤੁਹਾਡਾ ਪੁਰਾਣਾ। ਔਰ ਜਿਹੜੀ ਡਰਗ ਮਨੀ ਜਿਹੜੀ 1.5-2 ਲੱਖ ਜਿਹੜੀ ਰਿਕਵਰੀ ਹੋਈ ਹੈ, ਗੱਡੀ ਭਜਾਉਣ ਦੀ ਕੋਸ਼ਿਸ਼ ਕਿਉਂ ਕੀਤੀ ਗਈ ਮੈਡਮ? ਇੱਕ ਮੁਲਾਜ਼ਮ ਨੂੰ ਵੀ ਸੱਟਾ ਕਰ ਲਿਆ, ਗੱਡੀ ਭਜਾਉਣ ਦੀ ਕੋਸ਼ਿਸ਼ ਕਿਉਂ ਕੀਤੀ ਗਈ? ਮੋਬਾਈਲ ਦਾ ਪਿੱਛਾ ਕਰ ਲਿਆ, ਜ਼ਮਰੇ ਨੂੰ ਪਿੱਛੇ ਕਰੇਗਾ ਤਾਂ ਹੀ ਕਰੇਗਾ ਨਾ। ਪਰ ਜੋ ਮੇਰਾ ਹੈਗਾ, ਮੈਂ ਨਿਰਦੋਸ਼ ਹਾਂ, ਮੇਰੇ ਤੇ ਐਲੀਗੇਸ਼ਨ ਲੱਗ ਰਿਹਾ। ਐਲੀਗੇਸ਼ਨ ਕਿਉਂ ਲੱਗ ਰਿਹਾ ਕੁਛ ਨੂੰ? ਕਿਉਂਕਿ ਬਹੁਤ ਸਾਰੀ ਜ਼ਰੂਰੀ ਜਿਹੜੀ ਚੀਜ਼ਾਂ ਨੇ ਉਹਦਾ ਇਨਵੈਸਟੀਗੇਸ਼ਨ ਜਿਹੜੀ ਏਆਰਟੀਏ ਵੱਲੋਂ ਕੀਤੀ ਜਾ ਰਹੀ ਹੈ, ਔਰ ਜਿੱਦਾਂ ਇਹਨਾਂ ਨੇ ਕਿਹਾ ਕਿ ਮੈਨੂੰ ਫਸਾਇਆ ਜਾ ਰਿਹਾ, ਔਰ ਮੇਰੇ ਇੱਥੇ ਕਿਸੇ ਤਰ੍ਹਾਂ ਦੀ ਕੋਈ ਉਹ ਨਹੀਂ ਹੈ, ਮੈਨੂੰ ਫਸਾਇਆ ਜਾ ਰਿਹਾ ਪੋਲੀਟੀਕਲੀ ਜਿਹੜਾ ਹੈ, ਉਹ ਮੈਨੂੰ ਫਸਾ ਕੇ ਜਿਹੜਾ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਸ਼ੇ ਦੀ ਭੇਟ ਚੜਿਆ ਇੱਕ ਹੋਰ ਨੌਜਵਾਨ, ਪਿੰਡ ਸਾਦਾ ਵਾਲਾ ਦਾ ਰਹਿਣ ਵਾਲਾ ਸੀ ਇਹ ਮ੍ਰਿਤਕ ਨੌਜਵਾਨ, ਤੇ ਨਸ਼ੇ ਦੀ ਓਵਰਡੋਜ਼ ਕਾਰਨ ਇਸਦੀ ਜਾਨ ਚਲੀ ਗਈ। ਪਰਿਵਾਰ ਅਤੇ ਪਿੰਡ ਵਾਲਿਆਂ ਦਾ ਦੋਸ਼ ਲਗਾਇਆ ਹੈ ਕਿ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਤੇ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਆਏ ਦਿਨ ਨਸ਼ੇ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਨੌਜਵਾਨ ਪੀੜ੍ਹੀ ਨਸ਼ੇ ਦੇ ਵਿੱਚ ਡੁੱਬੀ ਹੋਈ ਹੈ। ਵਿਆਹਤਾ ਮ੍ਰਿਤਕ ਨੌਜਵਾਨ ਦੇ 2 ਛੋਟੇ ਬੱਚੇ ਅਤੇ ਪਤਨੀ ਵੀ ਗਰਭਵਤੀ ਹੈ। ਨਹਿਰ ਦੇ ਕੰਢੇ ਇਸ ਨੌਜਵਾਨ ਦੀ ਲਾਸ਼ ਮਿਲੀ ਤੇ ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਵਜੋਂ ਹੋਈ ਹੈ। ਕੁਛ ਵੀ ਨਹੀਂ ਸੀ, ਮੈਂ 27-28 ਸਾਲ ਉਮਰ ਸੀ। ਕੀ ਨਾਮ ਸੀਗਾ? ਇਹਦਾ ਰਣਜੀਤ ਸਿੰਘ। ਰਣਜੀਤ ਸਿੰਘ ਸੀਗਾ।
ਹਾਂਜੀ ਹਾਂਜੀ ਬਸ ਇਹ ਵੀ ਚਿੱਟੇ ਦੀ ਭੇਟ ਚੜ ਗਿਆ ਕੁਛ ਤਾਂ ਸਾਡੇ ਪਿੰਡੋਂ ਵਿਕਦਾ ਜਿਵੇਂ ਆਂਢ ਗੁਆਂਢ ਇਹਨਾਂ ਦੇ ਸੀਗਾ ਇੱਕ ਸਾਡੇ ਜਿਹੜਾ ਝੋਕ ਸਰਕਾਰੀ ਹੈ ਜਿਵੇਂ ਅੱਗੇ ਵੀ ਪ੍ਰਸ਼ਾਸਨ ਨੂੰ ਮੰਗ ਕੀਤੀ ਆ ਜਿਹੜਾ ਝੋਕ ਹਰੀਹਰ ਹੈ ਨਾ ਜਿਹੜਾ ਆਪਣਾ ਹਰੀਹਰ ਝੋਕ ਜਿਹੜਾ ਆਪਣਾ ਪ੍ਰੋਪਰ ਰੋਡ 'ਤੇ ਇੱਥੇ ਬਹੁਤ ਜ਼ਿਆਦਾ ਇੱਧਰੋਂ ਸਾਡੇ ਪਿੰਡੋਂ ਤਕਰੀਬਨ ਹੀ ਮੁੰਡੇ ਨਾ ਜੀ ਮੰਨ ਲਓ ਜਿੰਨੀ ਯੰਗ ਏਜ ਦੇ ਮੁੰਡੇ ਜ਼ਿਆਦਾ ਝੋਕ ਤੋਂ ਸਾਡੇ ਨਸ਼ਾ ਲੈ ਕੇ ਜਾਂਦੇ ਅਤੇ ਅੱਗੇ ਪ੍ਰਸ਼ਾਸਨ ਨੂੰ ਅਸੀਂ ਮੰਗ ਕੀਤੀ ਆ ਦੋ ਤਿੰਨ ਵਾਰੀ ਉਹਨਾਂ ਨੂੰ ਕਿਹਾ ਇਹ ਗੱਲ ਦਾ ਵੀ ਇੱਥੇ ਸਾਡੇ ਪਿੰਡੋਂ ਮੁੰਡੇ ਬਹੁਤ ਜ਼ਿਆਦਾ ਅਤੇ ਗੋਲੇ ਵਾਲਾ ਵੀ ਜਿਹੜਾ ਸਾਡੇ ਨਾਲ ਪੈਂਦਾ ਉਹ ਵੀ ਸਾਡੇ ਪਿੰਡ ਵਿੱਚ ਦੀ ਮੁੰਡੇ ਲੰਘਦੇ ਆ ਅਤੇ ਇੱਥੋਂ ਹੀ ਨਸ਼ਾ ਲੈ ਕੇ ਜਾਂਦੇ ਅਤੇ ਜਿਹੜੀ ਝੋਕ ਵਾਲੀ ਸੂਆ ਨਹਿਰ ਜਾਂਦਾ ਜਿਹੜਾ ਉਹਦੇ 'ਤੇ ਇਹ ਮੁੰਡਾ ਟੀਕਾ ਲਾ ਕੇ ਅਤੇ ਉੱਥੇ ਇਹਦੀ ਮੌਕੇ 'ਤੇ ਮੌਤ ਹੋ ਗਈ ਅਤੇ ਸਾਡੇ ਪਿੰਡੋਂ ਇਕੱਠਾ ਬਣਾਉਂਦੇ ਸੀ ਬੰਦੇ ਉਹਨਾਂ ਨੇ ਵੇਖਿਆ ਉਹਨਾਂ ਨੇ ਫੋਟੋ ਭੇਜੀ ਉਸ ਤੋਂ ਬਾਅਦ ਸਾਨੂੰ ਸ਼ਨਾਖਤ ਹੋਈ ਇਹਦੀ ਲੈ ਕੇ ਉੱਥੋਂ ਹੀ ਆਇਆ ਸੀਗਾ ਪੈਸੇ ਲੈ ਕੇ ਹਾਂਜੀ ਉਹ ਇਹਨਾਂ ਦੇ ਘਰ ਦੀ ਉਹਦੀ ਮਿਸੀ ਜੀ ਨੇ ਮਗਰ ਵੀ ਭੱਜੀ ਆ ਜਦੋਂ ਪੈਸੇ ਲੈ ਕੇ ਉਹਨਾਂ ਤੋਂ ਲੈ ਕੇ ਭੱਜਿਆ ਅਤੇ ਇੱਧਰ ਨੂੰ ਹੀ ਆ ਗਿਆ ਪ੍ਰੋਪਰ ਨੂੰ ਉਹਨੇ ਵੀ ਰੌਲਾ ਬਹੁਤ ਪਾਇਆ ਇਹਦੇ ਬੱਚੇ ਜੀ ਦੋ ਬੇਟੇ ਆ ਜੀ ਇੱਕ ਅਤੇ ਮਿਸੀ ਨੂੰ ਇੱਕ ਬੱਚਾ ਹੋਣ ਵਾਲਾ ਜੀ ਇਹਨਾਂ ਦੇ ਹਾਂ ਕੀ ਮੰਗ ਕਰਦੇ ਹੋ ਮੰਗ ਆ ਜੀ ਇਹ ਗਰੀਬ ਬੰਦੇ ਆ ਬਹੁਤ ਨੁਕਸਾਨ ਹੋ ਗਿਆ ਘਰ ਦੀ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ ਅਤੇ ਅਸੀਂ ਤਾਂ ਇਹੀ ਸਰਕਾਰ ਨੂੰ ਮੰਗ ਕਰਦੇ ਪਹਿਲਾਂ ਤਾਂ ਇਹਨਾਂ 'ਤੇ ਠੱਲ ਪਾਈ ਜਾਵੇ ਨਸ਼ੇ ਵਾਲਿਆਂ 'ਤੇ ਬਾਕੀ ਇਹਨਾਂ ਗਰੀਬਾਂ ਦਾ ਜਿਨ੍ਹਾਂ ਦਾ ਐਡਾ ਨੁਕਸਾਨ ਹੋ ਗਿਆ ਹੋਇਆ ਤਾਂ ਸਰਕਾਰ ਦੀਆਂ ਲਾਪਰਵਾਹੀਆਂ ਹੀ ਵੀ ਪਿੰਡ ਦੇ ਵਿੱਚ ਚਿੱਟਾ ਆਇਆ ਅਤੇ ਆਇਆ ਕਿੱਥੋਂ ਅਤੇ ਬਾਕੀ ਅਸੀਂ ਪ੍ਰਸ਼ਾਸਨ ਨੂੰ ਅੱਗੇ ਵੀ ਕਹਿ ਬੈਠੇ ਹਾਂ ਹਾਂ ਵੀ ਪ੍ਰਸ਼ਾਸਨ ਨੂੰ ਅੱਗੇ ਵੀ ਅਸੀਂ ਇਹ ਗੱਲ ਕਿਹਾ ਵੀ ਇੱਧਰੋਂ ਸਾਡੇ ਬਹੁਤ ਜ਼ਿਆਦਾ ਜਿਹੜਾ ਫਿਰੋਜ਼ਪੁਰ ਵਾਲੀ ਸਾਈਡ ਤੋਂ ਨਾ ਸਾਡੇ ਪਿੰਡਾਂ ਨੂੰ ਜ਼ਿਆਦਾ ਜਾਂਦਾ ਹੈ ਅਤੇ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਗਰੀਬਾਂ ਨੂੰ ਕੋਈ ਫੰਡ ਵਗੈਰਾ ਜਾਂ ਉਹਨਾਂ ਦੀ ਮਿਸੇਜ ਨੂੰ ਕੋਈ ਪ੍ਰਾਈਵੇਟ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸਰਕਾਰੀ ਨੌਕਰੀ ਦੀ ਸੁਵਿਧਾ ਦਿੱਤੀ ਜਾਵੇ ਜਾਂ ਕਾਰਵਾਈ ਸਖਤ ਹੋਣੀ ਚਾਹੀਦੀ ਜਿਹੜੇ ਵੇਚਦੇ ਨੇ ਹਾਂਜੀ ਹਾਂਜੀ ਉਹਨਾਂ ਦੇ ਤਾਂ ਐਂ ਵੀ ਅੱਗੇ ਵੀ ਪਰਚੇ ਹੋਏ ਆ ਅਤੇ ਹੁਣ ਜੇ ਉਹ ਦੁਬਾਰਾ ਪਰਚੋ ਕੇ ਫਿਰ ਬਾਹਰ ਆਉਂਦੇ ਤਾਂ ਫਿਰ ਚੰਗੀ ਗੱਲ ਨਹੀਂ ਵੀ ਇਹ ਤਾਂ ਕੋਈ ਪੱਕਾ ਉਹ ਜਿਹਾ ਸਰਕਾਰ ਬਣਾਵੇ ਕਾਨੂੰਨ ਜਿਹੜਾ ਬੰਦਾ ਦੁਬਾਰਾ ਬਾਹਰ ਨਾ ਆਵੇ ਕਿਉਂਕਿ ਆਪ ਵੇਹਣੇ ਤੁਸੀਂ ਵੇਖੋ ਕਿਸਾਨ ਤੇ ਹੁਣ ਅੱਗ ਲੱਗਦੀ ਮਗਰੋਂ ਤੇ ਪਹਿਲਾਂ ਆਨਲਾਈਨ ਪਰਚਾ ਕੱਟਿਆ ਜਾਂਦਾ ਅਸੀਂ ਸਰਕਾਰ ਨੂੰ ਨਸ਼ੇ ਤੇ ਵੀ ਕੋਈ ਇਸੇ ਤਰ੍ਹਾਂ ਦੀ ਪਾਲਿਸੀ ਬਣਾਈ ਜਾਵੇ ਨਾ ਜੀ ਨਾ ਕੋਈ ਨਹੀਂ ਆਉਂਦਾ ਹੀ ਨਹੀਂ ਉਹ ਕਹਿੰਦੇ ਜਿਵੇਂ ਹੁਣ ਅਸੀਂ ਫਿਰੋਜ਼ਪੁਰ ਵਾਲਿਆਂ ਨੂੰ ਕਿਹਾ ਉਹ ਆਉਂਦੇ ਨੇ ਫਰੀਦਕੋਟ ਦਾ ਬੰਦਾ ਲੁੱਧਿਆ ਦਾ ਸਾਨੂੰ ਐਂ ਲਿਜਾ ਲੈਂਦਾ ਮੁਲਾਜ਼ਮ ਪਰ ਗੱਲ ਹੈ ਵੀ ਜੇ ਆਨਲਾਈਨ ਕਿਸਾਨ ਤੇ ਆਪਾਂ ਕਾਰਵਾਈ ਕਰ ਸਕਦੇ ਹਾਂ ਤੇ ਨਸ਼ੇ ਦਾ ਤਾਂ ਇਹਨਾਂ ਨੂੰ ਸਭ ਨੂੰ ਪਤਾ ਜੀ ਸਰਕਾਰ ਨੂੰ ਕਿੱਥੋਂ ਆਈ ਜਾਂਦਾ ਕਿਵੇਂ ਵਿਕੀ ਜਾਂਦਾ ਅਸੀਂ ਤਾਂ ਦੱਸਣਾ ਹੀ ਹੁੰਦਾ ਜੀ ਦੱਸਦੇ ਵੀ ਅਗਾਹ ਵੀ ਕਰਦੇ ਹਾਂ ਵੀ ਭਾਈ ਵਿਕੀ ਜਾਂਦਾ ਕੁਛ ਕਾਰਵਾਈ ਕਰੋ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਦੋਸਤੋ ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ